No. इधर बुर्ज खलीफा बड़ा ज्यादा सोना लग रहा है, बहुत ज्यादा। ਤੇ ਅਸੀਂ ਹੈਗੇ 148 ਫਲੋਰ ਤੇ। ਕਾਰਾਂ ਜੀ ਅੰਦਰ ਆਪ ਨੂੰ ਨਾ ਸੜਕਾਂ ਦੇ ਉੱਤੇ ਐਵੇਂ ਮੈਂ ਟਾਈਮ ਹੋ ਰਿਹਾ ਇਧਰ ਦੇਖਣਾ ਪੈ ਰਿਹਾ ਵੀ ਐਂ ਦੇਖੀ ਜਾਊਂਗਾ। ਉਹ ਬਾਈ ਪੰਜਾਬ ਚ ਵਿਆਹ ਚ ਨਹੀਂ ਆਏ ਹੋ ਤੁਸੀਂ? ਬੁਰਜ ਖਲੀਫਾ ਦੀ 148ਵੀਂ ਮੰਜ਼ਿਲ ਤੇ ਬੈਠੇ ਹੋ। ਮੂੰਹ ਜੇ ਕਾਤੋਂ ਲੁਕੋ ਰਿਹਾ ਹੁਣ, ਜੇ ਖਾਣਾ ਵਗਰਨਾ ਤਾਂ ਢਿੱਡ ਤਾਂ ਆਪਣਾ ਹੀ ਹੈ, ਦੋ ਦੋ ਗਲਾਸ ਵਿੱਚ ਦੀ ਆ ਕੇ ਥੋੜੇ ਜਿਹਾ ਕੰਨ ਹਨਾ ਜਮੀ ਹੋ ਜਾਂਦੇ ਨੇ ਬੰਦ ਆਉਰ ਹੁਣ ਜਮੀ ਵੀਰੇ ਜੀ ਨੇ ਜਿੰਪਟਾ ਜਦੋਂ ਆ ਰਿਹਾ ਪਟਾਕਾ ਮਾਰੇ ਓਏ ਆਉਂਦੇ ਹੋਏ ਜਿਆਦਾ ਜਿਵੇਂ ਉਹ ਜਹਾਜ਼ ਚ ਆਉਂਦੇ ਹੋਏ ਲੋ ਭਾਈ ਸੀ ਬਾਰ ਕੂਲ ਸਟਾਰਟ ਲਾਈਕ ਦਿਸ ਫਰਮ ਇਲ ਦੈਟਸ ਮੀਨਿੰਗ ਹੀ ਇਜ਼ ਗੁੱਡ ਇੱਧਰ ਦੀ ਸਾਈਡ ਨਹੀਂ ਉਹ ਬਣ ਰਿਹਾ ਇੱਧਰ बहुत बड़ा इधरली साइड है जिहड़ी जिथे पाम लगे हुए ने यह वाला एरिया जिहड़ा उधर दी जा रहा है बीच वाल दी जा रहा है तो यह वाली बीच है ना जिहड़ी यह वाली बीच सिर्फ रात रात लई है ना नाइट लई है रात दी एक्टिविटीज लई ने ते कैफे वगैरह भी ने Okay, please visit in this place. This is very neat place here. You visit there and come back. Okay. Art gallery. Arbab, ki hai? Idhar pehle number wale. Oi. Ki ho rahi hai Arbab? Oi. ਕਿੰਨਾ ਸੋਹਣਾ ਵਾ ਕਾਰਪੇਟ ਵੀ ਆ ਜਾ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਐਵੇਂ ਹੱਥ ਨਾਲ ਕਾਰਪੇਟ ਦੇਖਣੇ ਨੇ ਆ ਦੇ ਕਿੰਨਾ ਸੋਹਣਾ ਹੈ ਆ ਸੀਗਾ ਕਾਰਪੇਟ ਅੱਜ ਆ ਜਾ शेख दे पर्सनल क्रूज ने ਹੈਗਾ ਜੀ ਮੀਨਾ ਬਾਜ਼ਾਰ ਇੱਥੇ 150 ਸੇਲ ਟਾਈਪ ਚੀਜ਼ਾਂ ਮਿਲ ਜਾਂਦੀਆਂ ਨੇ ਮਤਲਬ ਥੋੜਾ ਟਾਈਮ ਇੱਥੇ ਸਸਤੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਮਤਲਬ ਹੋਰ ਉੱਥੇ ਨਾਲੋਂ ਇੱਧਰ ਵੀ ਹੈ ਵੱਡੇ ਮਾਲ ਇਹ ਹੈਗੇ ਜੀ ਮੋਬਾਈਲ ਸੇਲ ਮਾਰਕੀਟ ਹੋਲ ਸੇਲ ਹੈ ਇੱਥੇ ਸਾਰੇ ਮੋਬਾਈਲ ਹੋਲ ਸੇਲ ਚ ਮਿਲਦੇ ਨੇ ਦੁਬਈ ਮਿਊਜ਼ੀਅਮ सारा ओल्ड पार्ट है दुबई का बड़ा सोहना उधर
ਨੇ ਤਾਂ ਪੁਰਾਣਾ ਦੁਬਈ ਵੀ ਦੇਖ ਲੈ ਕਿੰਨਾ ਸੋਹਣਾ ਮਤਲਬ ਬਣਾਇਆ ਹੋਇਆ ਮਿੱਟੀ ਮੁੱਟੀ ਦਾ ਹੈ ਪੁਰਾਣੇ ਸਟਾਈਲ ਚ ਬਣਾਇਆ ਹੋਇਆ ਨਵੇਂ ਤਰੀਕੇ ਨਾਲ ਇੱਕ ਇਹ ਬੀਚ ਹੈ ਜੀ ਇੱਥੇ ਜੇ ਆਪਾਂ ਲਾਸਟ ਦਿਨ ਹੈ ਨਾ ਆਪਣੇ ਕੋਲ ਟਾਈਮ ਹੋਇਆ ਇੱਥੇ ਆਵਾਂਗੇ ਅਤੇ ਫਿਰ ਇਹ 'ਚ ਦੇਖਦੇ ਹਾਂ ਕਿਸ਼ਤੀਆਂ ਵਗੈਰਾ 'ਚ ਲਵਾਂਗੇ ਝੂਟੇ ਅਤੇ ਇੱਧਰਲੀ ਸਾਈਡ ਇੱਕ ਸਾਈਡ ਨਿਊ ਦੁਬਈ ਹੈ ਅਤੇ ਇੱਕ ਸਾਈਡ ਮਤਲਬ ਓਲਡ ਦੁਬਈ ਹੈ ਉਹ ਦੇਖਾਂਗੇ ਵਿੱਚ ਦੀ ਜਾਂਦੇ ਆ ਪਤਾ ਬਹੁਤ ਸੋਹਣੀ ਲੋਕੇਸ਼ਨ ਆਉਂਦੀ ਵਿੱਚ ਦੀ ਕਿਸ਼ਤੀ ਜਾਂਦੀ ਹੈ ਓਲਡ ਦੁਬਈ ਅਤੇ ਨਿਊ ਦੁਬਈ ਦੇ ਵਿੱਚ ਦੀ ਇਹ ਵਰਲਡ ਦਾ ਸਭ ਤੋਂ ਵੱਡਾ ਫਰੇਮ ਦੁਬਈ ਇਸਦੇ ਆਪਾਂ ਨਾ ਜੇ ਦੇਖਾਂਗੇ ਇੱਧਰਲੀ ਸਾਈਡ ਇਹਦਾ ਨਿਊ ਦੁਬਈ ਦਿਖੂਗਾ ਜੇ ਵਿੱਚ ਦੀ ਦੇਖਾਂਗੇ ਦੂਸਰੀ ਸਾਈਡ ਓਲਡ ਦੁਬਈ ਦਿਖੂਗਾ ਹੈ ਨਾ ਰਵਾ ਹੈ ਨਾ ਰਵਾ ਇਸ ਤੋਂ ਬਾਅਦ ਬਸ ਇੱਥੇ ਥੋੜ੍ਹੇ ਮਿੰਟ ਦਾ ਸਟੋਪ ਹੈ ਅਤੇ ਇਸ ਤੋਂ ਬਾਅਦ ਬੁਰਜ ਖਲੀਫਾ ਦੇਖਣ ਲਈ ਸਾਨੂੰ ਉੱਥੇ ਤਾਰ ਦੇਣਗੇ ਦੁਬਈ ਮਾਲ ਦੇ ਵਿੱਚ ਉਹਦੇ ਵਿੱਚੋਂ ਐਂਟਰ ਹੋ ਕੇ ਉਹਦੇ ਵਿੱਚੋਂ ਨਿਕਲ ਕੇ ਜਾਣਾ ਹੋਏਗਾ ਉੱਥੇ ਫਿਰ ਸਾਰਾ ਉੱਥੇ ਹੀ ਹੈ ਮਤਲਬ ਇਹ ਜਿਹੜਾ ਦੁਬਈ ਫਰੇਮ ਹੈ ਨਾ ਇਸਦੇ ਵਿੱਚ ਐਵੇਂ ਕਿ ਟਿਕਟ ਲੈਣੀ ਪੈਂਦੀ ਹੈ ਕਾਫੀ ਲੰਬੀ ਲਾਈਨ ਹੈ ਸ਼ਾਇਦ ਔਨਲਾਈਨ ਵੀ ਹੋਵੇ ਉਹ ਪਤਾ ਨਹੀਂ ਹੈਗਾ ਅਤੇ ਇਹਦੇ ਵਿੱਚ ਖੜ ਕੇ ਨਾ ਸੈਂਟਰ ਦੇ ਵਿੱਚ ਓਲਡ ਦੁਬਈ ਅਤੇ ਨਿਊ ਦੁਬਈ ਦੇਖਦੇ ਨੇ ਲੋਕ ਦੁਬਈ ਮਾਲ ਦੀ ਐਂਟਰੀ ਹੈ ਰਾਹ ਇਹਦੇ ਵਿੱਚ ਬੈਠਣਾ ਹੁਣ ਤੂੰ ਅਤੇ ਫਿਰ ਤੈਨੂੰ ਉੱਪਰ ਲੈ ਕੇ ਚੱਲਾਂਗੇ ਅਤੇ ਦੁਬਈ ਮਾਲ ਐਂਟਰ ਕਰ ਰਹੇ ਹਾਂ ਹੁਣ ਆਪਾਂ ਅਤੇ ਮੈਨੂੰ ਲੱਗਦਾ 1:22 ਹੋ ਗਏ 7 ਵਜੇ ਆਪਣੇ ਬੁਰਜ ਖਲੀਫਾ ਦੀ ਟਿਕਟ ਹੈ ਉਸ ਤੋਂ ਪਹਿਲਾਂ ਜੋ ਵੀ ਹੈ ਦੁਬਈ ਮਾਲ ਦੇ ਵਿੱਚ ਕਾਫੀ ਕੁਛ ਹੈ ਉਹ ਆਪਾਂ ਨੂੰ ਦੇਖਣਾ ਪਊਗਾ ਆਰਾਮ ਅਤੇ ਗੱਡੀਆਂ ਆਪ ਹੀ ਖੜ ਜਾਂਦੀਆਂ ਨੇ ਜਦੋਂ ਬੰਦਾ ਦੇਖਣਾ ਜਾ ਰਿਹਾ ਆ ਇੱਧਰ ਮੇਰੇ ਵਰਗਾ ਲੜਦਾ ਫਿਰੀ ਜਾਂਦਾ ਵੀ ਮੈਂ ਲੰਘਣਾ ਪਹਿਲਾਂ ਕੁਛ ਪੀਨੇ ਆ ਪਹਿਲਾਂ ਰਵਾਬ ਰਵਾਬ ਕਿੰਨੀ ਠੰਡੀ ਹੈ ਇੱਥੇ ਨਾ ਪੁੱਤਾਂ ਮੇਰਾ ਪੁੱਤ ਫਿਸ਼ਾਂ ਦੇਖ ਰਿਹਾ ਬਾਈ ਫਿਸ਼ਾ ਉਹ ਹੁਸ਼ਿਆ ਬਾਈ ਹਾਂ ਸੀਗਾ ਫਿਸ਼ਾ ਬਾਈ ਕਿੰਨੀਆਂ ਫਿਸ਼ਾਂ ਹੈ ਨਾ ਪਹਿਲਾਂ ਰਵਾਬ ਆਪਾਂ ਖਾਂਦੇ ਪੀਨੇ ਕੁਛ ਪੁੱਤੋਂ ਫਿਰ ਦੇਖਦੇ ਹਾਂ
ਲੱਗਿਆ ਰਬਾਬ ਦੇ ਕੰਮ ਦੀਆਂ ਚੀਜ਼ਾਂ ਰਬਾਬ ਕਿੰਨੀਆਂ ਸਾਰੀਆਂ ਕੈਂਡੀਜ਼ ਦੇਖੀ ਕੰਮ ਲੱਗੀ ਰਹੇਗੀ ਕਿੱਥੇ ਰਬਾਬ ਕਿੱਥੇ ਲੋਲੀਪੌਪ ਓਏ ਹੋਏ ਕੈਂਡੀਆਂ ਦਾ ਭੰਡਾਰ ਹੈ ਇੱਥੇ ਰਬਾਬ ਕੈਂਡੀਆਂ ਦਾ ਭੰਡਾਰ पानी देखी पानी देख के तेन ऐ हो जाता मैं जावा उधर बस पानी को चल 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 इन पर ही मोड़ ला पंगा ही पै लिया रबाब इतने आके चलो पानी को चलिए पानी को चलिए चलो 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 पानी को स्टॉलर एवं चढ़ा पैंता हरमन उधर ऑर्डर दे रहे ने ये इंडियन फूड ही है इधर इधर वैसे सारा फूड वाला एरिया तो यह इंडियन फूड है ये हुण स्ट्रॉलर दे विच थक गई नीचे इहनू एवें एवें नीचे फिरा पर एवें डर लगता कोई ना पैर दब दे फूड इन्हां दा सही सही आ मतलब इन्ना ज़्यादा वधिया नहीं हैगा हणा हणा ਉਹਦੇ ਵਿੱਚ ਤਾਂ ਵਾਲਾ ਵਧੀਆ ਸੀ ਪੰਜਾਬੀ ਜੇ ਪਤਾ ਨਹੀਂ ਐਵੇਂ ਤਾਂ ਨਹੀਂ ਪਤਾ ਉਹ ਕੀ ਹੋ ਗਿਆ ਰਬਾਬ ਬਾਏ ਕਰ ਦਿਓ थैंक यू थैंक यू ओए रबाब आ गई पुत ओए रबाब एक ही है हाँ जी तो टाइम हो गया 3:50 तो मैं लगता 6:30 फाउंटेन शो आ तो उस तो बाद फिर वोल्टेज क्लिप आते हैं मॉल के बच्चों ही रास्ता आना है तो हम बैठे रबाब उधर छुट्टी पी है इस तो बाद क्योंकि थक भी गया अच्छे सवेर के असी 9 तो निकले हुए साजरे उठ गए 6 उठ गए 9 तो इतों निकले हुए तो सारे घूमते फिर रहे हैं तो हम थक के थोड़ी बार रेस्ट करके बैठ गए शुक्रपुर इतने सीट मिल गई हम बैठे इस तो बाद फिर देखते अगे अगर बने रहो ब्लॉग इधर बैठे रहे सुती पई है बेचारी गोदी के बिच अज बहुत ज़्यादा भीड़ है इतने तो इतने होगा जी फाउंटेन शो तो इधर है बुर्ज खलीफा इधरों हूँ टिकट्स मिलनगियाँ तो इधर रबाब अपने करतब दिखाने लग गई रबाब बिचों ही निकल जाएगी बिचों ही निकल जाएगी पुत्र नो टिकट आप ले लिया तो एक इधर आ लाए ने रबाब तेरे भी लगे हैं ना ये तिना के लगे ने VIP स्काई तो इधर आप हूँ लगेज के बच्चे का स्टॉलर जमा करवाना आ जाओ Thank you.
किन्नी बढ़िया बढ़िया बिल्डिंग भी छोटी छोटी लग रही ने चलो चलिए भाई ਜਿਹੜੀ ਛੋਟੀ ਛੋਟੀ ਲਾਈਟਾਂ ਜੀਆਂ ਕਾਰਾਂ ਜੀਆਂ ਜਰਾ ਤੋਂ ਨਾ ਸੜਕਾਂ ਦੇ ਉੱਤੇ ਐਵੇਂ ਮੈਂ ਟਾਈਮ ਹੋ ਰਿਹਾ ਇਧਰ ਦੇਖਣਾ ਪੈ ਰਿਹਾ ਵੀ ਐਵੇਂ ਦੇਖੀ ਜਾਊਂਗਾ ਓਏ 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 ਉਸ ਕਾਰਾਂ ਆ ਰਹੀਆਂ ਉਹ ਲਾਈਟਾਂ ਆ ਰਹੀਆਂ ਵੀ ਕਿੰਨੀ ਜ਼ਿਆਦਾ ਬੱਚੀ ਬੇ ਇਹਨਾਂ ਬਸ ਸੋ ਪਤੀ ਨਹੀਂ ਬੋਲ की है ये ऊपर है ना कीती हुई है बिल्डिंग ने ऊपर हां देखो बिल्डिंग कितनी सोनी गिरी हुई है लाइटों ना देखियो रे दूध देखो बड़ा ज्यादा सोना लग रहा बहुत ज्यादा पर बस ए कैमरे दे विच इन्ना ज्यादा नहीं आ रहा है जिन्ना असल दे विच दिख रहा पर बाब ते असी है 148 फ्लोर ते बहुत ज्यादा सोना ऊपर देख थोड़ा ही रह गया ते थोड़ा ही 150 कुछ समथिंग है ना इधर अपना काम चल रहा है ये कॉम्प्लीमेंट है भाई आ देखिए ओ भाई पंजाब च ब्याह च नहीं आए हो तुसी बुर्ज खलीफा दी 148वीं मंजिल ते बैठे हो अच्छा हाँ जी ये नज़ारा देखो बुर्ज खलीफा रबाब ना उत्थे मॉल दे विच सौं गई सीगी मैनू लगता 1.5-2 घंटा सोई रही मैं उन्ना टाइम उत्थे कुर्ते च पा के रखे ते उहदे करके ना हुण थोड़ी जी ये वधिया रिलैक्स हुई है नहीं तो बुर्ज खलीफा ने सानू तां साडा ही बुर्ज खलीफा बना देना सीगा मुझे का तो लुको रहे हूँ जे खाना वगैरना तो ढिड तो अपना ही है 2-2 ग्लास खाना वगैरना नहीं है पता कितने पैसे कितने पैसे किने के हसी का टॉप फ्लोर वाला करो बाप बाप बिच दी आके थोड़े कन्न है ना जमी हो जाते ने मत आओ रे हुण जमी मेरे जहाज चाहते हो लो जी टाइम हो गया 10:05 सवेरे 9 बजे दे गए हुए तो 10 बजे आए अंदर तो हूँ आप मिलते हैं अगले व्लॉग दे विच रबाब कर दो बाय 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 रबाब रबाब बाय थक गया मेरा बच बाय चलो बाय आ देख रबाब आ देख रबाब एक्सक्यूज मी रबाब रबाब देखो